ਇਸ ਸਿਟੀ ਮੋਂਟੈਂਸਰੀ ਸਕੂਲ ਗਿੱਦੜਬਾਹਾ ਜੋ ਕਿ MD ਸਤਪਾਲ ਸ਼ਰਮਾ ਜੀ ਵੱਲੋਂ ਆਪਣੇ ਸਮੁੱਚੇ ਸਟਾਫ ਦੇ ਸਹਿਯੋਗ ਸਦਕਾ ਪਿਛਲੇ ਲੰਮੇ ਸਮੇਂ ਤੋਂ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ, ਜਿੱਥੇ ਕਿ ਵਿਦਿਆਰਥੀਆਂ ਨੂੰ ਸਿਰਫ ਕਿਤਾਬੀ ਕੀੜਾ ਨਹੀਂ ਬਣਾਇਆ ਜਾਂਦਾ ਸਗੋਂ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਤਾਂ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਰੁਚੀ ਵੱਧ ਸਕੇ। ਸਕੂਲ ਵਿੱਚ ਵਿਦਿਆਰਥੀਆਂ ਨੂੰ ਸਮੇਂ ਦੀ ਮੰਗ ਅਨੁਸਾਰ ਹਰ ਆਧੁਨਿਕ ਸੁਵਿਧਾ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਵਿੱਚ ਸਾਫ਼ ਸੁਥਰੇ ਸਮਾਰਟ ਕਲਾਸਰੂਮ, ਕੰਪਿਊਟਰ ਲੈਬ, ਸਾਇੰਸ ਲੈਬ, ਲਾਇਬ੍ਰੇਰੀ, ਟ੍ਰਾਂਸਪੋਰਟ ਅਤੇ ਖਾਸ ਤੌਰ ਤੇ CCTV ਕੈਮਰੇ, ਜਿਸ ਰਾਹੀਂ ਬੱਚਿਆਂ ਦੀ ਹਰ ਗਤੀਵਿਧੀ ਤੇ ਧਿਆਨ ਰੱਖਿਆ ਜਾਂਦਾ ਹੈ। ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਵੱਖ ਵੱਖ ਗਤੀਵਿਧੀਆਂ ਨਾਲ ਵੀ ਜੋੜਿਆ ਜਾਂਦਾ ਹੈ ਤਾਂ ਕਿ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ, ਜਿਸ ਬਾਰੇ ਸਕੂਲ ਦੇ ਵਿਦਿਆਰਥੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ। ਹੈਲੋ ਫਰੈਂਡਸ, ਮਾਈਸੈਲਫ ਰਿਚੀ। ਆਈ ਹੈਵ ਬੀਨ ਸਟੱਡੀਇੰਗ ਇਨ ਦਿਸ ਸਕੂਲ ਸਿੰਸ ਨਰਸਰੀ ਸਟੈਂਡਰਡ ਐਂਡ ਐਟ ਦੈਟ ਟਾਈਮ ਨੋ ਵਨ ਨਿਊ ਦ ਨੇਮ ਆਫ ਅਵਰ ਸਕੂਲ ਐਂਡ ਕਰੰਟਲੀ ਅਵਰ ਸਕੂਲ ਹੈਜ਼ ਰੇਜ਼ਡ ਇਟਸ ਸਟੈਂਡਰਡ ਐਟ ਗ੍ਰੇਟ ਹਾਈਟਸ। ਪ੍ਰੈਜੈਂਟਲੀ ਐਵਰੀ ਵਨ ਨੋ ਦ ਨੇਮ ਆਫ SCT ਮੋਂਟੈਂਸਰੀ ਸਕੂਲ ਐਜ਼ ਇਟ ਇਜ਼ ਕਾਊਂਟਰਡ ਅਮੰਗ ਦ ਟੋਪ ਸਕੂਲਸ ਇਨ ਅਵਰ ਏਰੀਆ। ਮਾਈ ਸਕੂਲ ਹੈਜ਼ ਨੋਟ ਓਨਲੀ ਹੈਲਪ ਮੀ ਐਕਸਲ ਇਨ ਸਟੱਡੀਜ਼ ਬਟ ਇਜ਼ ਆਲਸੋ ਹੈਲਪ ਮੀ ਇਨ ਅਰਨਿੰਗ ਮਾਈ ਸਕਿੱਲਸ ਫੋਰ ਕੋ ਕਰਿਕੁਲਮ ਐਕਟੀਵਿਟੀਜ਼ ਵੇਅਰ ਆਈ ਕੈਨ ਕੋਨਫੀਡੈਂਟਲੀ ਕੰਪੀਟ ਵਿਦ ਅਦਰ ਸਕੂਲਸ ਐਂਡ ਬ੍ਰਿੰਗ ਏ ਕਲਿਡਸ ਹੋਮ। ਦ ਸਕੂਲ ਇਜ਼ ਨੋਟ ਮਾਈ ਸੈਕਿੰਡ ਹੋਮ ਬਟ ਈਵਨ ਇਟ ਇਜ਼ ਮਾਈ ਫਸਟ ਹੋਮ ਵੇਅਰ ਆਈ ਸਪੈਂਡ ਮੋਰ ਦੈਨ ਹਾਫ ਆਫ ਮਾਈ ਡੇ। ਆਈ ਹੈਵ ਨੋ ਗ੍ਰੀਵੈਂਸਿਸ ਬਿਕੋਜ਼ ਆਈ ਸਿੰਸੀਅਰਲੀ ਬਿਲੀਵ ਦੈਟ ਵੀ ਹੈਵ ਬੀਨ ਗਿਵਨ ਅ ਗ੍ਰੇਟ ਐਕਸਪਲੋਜ਼ਰ ਹੇਅਰ ਐਂਡ ਨੋਟ ਓਨਲੀ ਇੰਪਾਰਟਡ ਦ ਨੋਲੇਜ ਥਰੂ ਦ ਮੀਡੀਅਮ ਆਫ ਬੁੱਕਸ ਬਟ ਆਲਸੋ ਥਰੂ ਦ ਪ੍ਰੈਕਟੀਕਲ ਲਰਨਿੰਗ ਸੈਸ਼ਨਸ। ਗੱਲ ਇਹ ਹੈ ਕਿ ਸ਼੍ਰੀ ਸਤਪਾਲ ਸ਼ਰਮਾ ਜੀ ਵੱਲੋਂ ਸਮੇਂ ਸਮੇਂ ਤੇ ਬੱਚਿਆਂ ਦੇ ਮਾਤਾ ਪਿਤਾ ਅਤੇ ਆਪਣੇ ਸਟਾਫ ਨਾਲ ਖਾਸ ਮੀਟਿੰਗ ਕੀਤੀ ਜਾਂਦੀ ਹੈ ਤਾਂ ਜੋ ਬੱਚਿਆਂ ਦਾ ਭਵਿੱਖ ਹੋਰ ਉਜਵਲ ਕੀਤਾ ਜਾ ਸਕੇ, ਜਿਸ ਬਾਰੇ ਸਕੂਲ ਦੇ MD ਸਤਪਾਲ ਸ਼ਰਮਾ ਜੀ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਸਕੂਲ ਬਾਰੇ ਕਿ ਕਿਸ ਤਰ੍ਹਾਂ ਦਾ ਇੱਕ ਸਾਡਾ ਸਕੂਲ ਜੋ ਅਸੀਂ ਚਲਾ ਰਹੇ ਹਾਂ, ਇਹਦੇ ਵਿੱਚ ਅਸੀਂ ਇੱਕ ਡੇ ਬੋਰਡਿੰਗ ਔਰ ਪੂਰੀ ਰਿਸਪੋਂਸੀਬਿਲਟੀ ਨਾਲ ਅਸੀਂ ਜੋ ਬੱਚਿਆਂ ਨੂੰ ਦੇ ਸਕਦੇ ਹਾਂ ਉਹ ਦੇਣ ਦੀ ਕੋਸ਼ਿਸ਼ ਹੈ। ਜੋ ਮੇਨ ਗੱਲ ਇਹਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਹਾਂ ਉਹ ਇਹ ਹੈ ਵੀ ਜੋ ਨੌਲੇਜ ਹੈ ਉਹ ਕਿਸੇ ਵੀ ਇਨਸਾਨ ਨੂੰ 5 ਗਿਆਨ ਇੰਦਰੀਆਂ ਦੇ ਥਰੂ ਹੀ ਮਿਲਦੀ ਹੈ। ਹਰ ਬੱਚੇ ਦੀ ਇੱਕ ਡਿਫਰੈਂਟ ਗਿਆਨ ਇੰਦਰੀ ਜਿਹੜੀ ਉਹ ਐਕਟਿਵ ਹੁੰਦੀ ਹੈ, ਉਸ ਗਿਆਨ ਇੰਦਰੀ 'ਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਕੰਸਨਟ੍ਰੇਟ ਕਰਦੇ ਹਾਂ, ਉਹਦੀ ਜੋ ਬੇਸਿਕ ਕੁਆਲਿਟੀ ਹੈ ਉਸਨੂੰ ਉਭਾਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਉਸਦਾ ਇੱਕ ਮੇਨ ਰਿਜ਼ਲਟ ਜੋ ਬੇਸਿਕ ਜੋ ਉਸਦੇ ਅੰਦਰ ਹੈ ਉਹ ਬਾਹਰ ਆ ਸਕੇ ਅਤੇ ਬੱਚਾ ਜੋ ਹੈ ਉਹ ਸਾਡੇ ਸਕੂਲ ਦਾ ਔਰ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰ ਸਕੇ। ਲਗਭਗ ਜੋ ਬੱਚੇ ਦੇ ਲਈ ਜ਼ਰੂਰੀ ਹੈ, ਸਭ ਤੋਂ ਪਹਿਲਾਂ ਅਸੀਂ ਯੋਗ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਯੋਗ ਮਤਲਬ ਜੁੜਨਾ, ਤਾਂ ਪਹਿਲਾਂ ਅਸੀਂ ਉਹਨੂੰ ਉਹਦੇ ਆਪ ਨਾਲ ਜੋੜਦੇ ਹਾਂ, ਫਿਰ ਸਟੱਡੀ ਦੇ ਜੋ ਡਿਫਰੈਂਟ ਪਾਰਟਸ ਹੈ ਯਾਨੀ ਕਿ ਸਪੋਰਟਸ ਦੇ ਹੋਰ ਸਪੋਰਟਸ ਹੋ ਗਿਆ ਜਾਂ ਸਟੱਡੀ ਦੀ ਜੋ ਅਦਰ ਮਟੀਰੀਅਲਸ ਹੈ ਫਿਰ ਉਹਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਬੱਚੇ ਦਾ ਰਿਸਪੋਂਸ ਚੈੱਕ ਕਰਕੇ ਫਿਰ ਅਸੀਂ ਉਸ ਦੇ ਮੁਤਾਬਕ ਉਸ 'ਤੇ ਕੰਮ ਕਰਦੇ ਹਾਂ। ਜਿਹੜੇ ਬੱਚੇ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਦੇ ਜੋ ਜਿਨ੍ਹਾਂ ਦੀ ਪੇਇੰਗ ਕੈਪੈਸਿਟੀ ਨਹੀਂ ਹੈ ਉਹਨਾਂ ਲਈ ਵੀ ਸਕੂਲ ਕੁਛ ਨਾ ਕੁਛ ਕਰਦਾ ਹੈ। ਨੈਚੁਰਲੀ ਹੈ ਕਿ ਹਰ ਪੇਰੈਂਟਸ ਚਾਹੁੰਦਾ ਹੈ ਵੀ ਉਹ ਸਾਡਾ ਬੱਚਾ ਜੋ ਹੈ ਉਹ ਵਧੀਆ ਨਿਕਲ ਸਕੇ, ਅੱਗੇ ਕੰਪੀਟੀਸ਼ਨ ਦਾ ਜ਼ਮਾਨਾ ਹੈ ਉਹਦੇ ਵਿੱਚ ਫਿੱਟ ਹੋ ਸਕੇ, ਤਾਂ ਉਹਦੇ ਲਈ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ। ਜੇ ਬੱਚੇ ਦੇ ਵਿੱਚ ਅਸੀਂ ਬੱਚਾ ਚੈੱਕ ਕਰਦੇ ਹਾਂ, ਜੇ ਬੱਚੇ ਦੇ ਵਿੱਚ ਕੋਈ ਕੁਆਲਿਟੀ ਹੈ ਤਾਂ ਫਿਰ ਉਸ ਤੋਂ ਅਸੀਂ ਵਿਦਾਊਟ ਫੀਸ ਉਹ ਬੱਚੇ ਨੂੰ ਸਕੂਲ 'ਚ ਰੱਖਦੇ ਹਾਂ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਉਹਦੇ ਵਿੱਚੋਂ ਉਹ ਗੁਣ ਕੱਢਿਆ ਜਾਵੇ ਜੋ ਉਹਦੇ ਵਿੱਚ ਹੈ।